ਸਾਸਰੀ ਗੁਰਬੀਰ ਜੀ ਮੈਂ ਥਾਰਾ ਗੱਲਾਂ ਗਲਾਕਣ ਪਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਆ ਨਿੱਗਾ ਸਵਾਗਤ ਅੱਜ ਹੋਗੀ 18 ਤਰੀਕ ਦਿਨ ਐਤਵਾਰ ਆਰ ਬਿਰ ਅੱਜ ਗਿਆ ਬੜੀਆਂ ਖਬਰਾਂ ਬਾ ਨਿੱਗਾ ਮਾਰਾਂ ਪਹਿਲਾ ਹੈਡਲਾਈਨਾਂ ਕੇ ਉੱਪਰ ਚਲਾਂ ਬਿਰ ਦੀਪ ਸਿੱਧੂ ਕੱਲ ਸਿਆਮ ਕਾ ਪੰਜਾਬ ਕੀ ਸਿਆਸਤ ਮਾ ਪੂਰਾ ਭਖ ਰਿਆ ਆਰਦੀਪ ਸਿੱਧੂ ਦੀ ਜਮਾਨਤ ਹੋ ਗਈ ਸੀ ਪਰ ਪੁਲਸ ਵਾਲਿਆਂ ਨੇ ਇੱਕ ਕੇਸ ਵਿੱਚ ਆਕਾ ਫੇਰ ਅੰਦਰ ਕਰ ਲਿਆ ਇਸ ਕੇ ਉੱਪਰ ਗੱਲਬਾਤ ਕਰਾਂਗੇ ਤ੍ਰਿਪਤ ਸਿੰਦਰਵਾਜ ਦੇ ਕੀ ਗੱਡੀ ਨਾ ਇਹੋ ਬੰਦਿਆਂ ਨੇ ਘੇਰ ਲਈ ਕਹੇ ਵੀ 4 ਸਾਲ ਪਹਿਲਾਂ ਵਾਦੇ ਕਰੇਦੇ ਕਾ ਇਹ ਵਾਦੇ ਤਾਂ ਪੂਰੇ ਨਹੀਂ ਹੋਏ ਪੰਜਾਬ ਮਾ ਜਿੱਥਾ ਕੈਪਟਨ ਅਮਰਿੰਦਰ ਸਿੰਘ ਬੜੇ ਬੜੇ ਵਾਦੇ ਕਰ ਰਿਆ ਉੱਥਾ ਬਾੜ ਦਾਣੇ ਕੀ ਘਾਟ ਕਰਗਾ ਕਿਸਾਨ ਪਰੇਸ਼ਾਨ ਹੋ ਰਹੇ ਨੈਸ਼ਨਲ 95 ਦੋ ਘੰਟੇ ਵਾਸਤੇ ਕਿਸਾਨਾਂ ਨੇ ਕਰਤਾ ਜਾਮ ਕਸਾਨਾ ਕੀ ਆਮਦਨ ਵਿਧਾਨ ਕਾ ਨਵਜੋਤ ਕੌਰ ਸਿੱਧੂ ਨੇ ਨੂਕਤਾ ਦੱਸਿਆ ਕਹਾ ਵੀ ਫੀਮ ਆ ਡੋਡੇ ਵੀ ਜੋ ਨਜ਼ਾਰੇ ਲੁੱਟੋ ਆਰ ਚੰਡੀਗੜ੍ਹ ਦੇ ਵਿਚਮਾਂ ਵੀਰ ਡੀਜੀਪੀ ਕਰੋਨਾ ਪੋਜ਼ਿਟਿਵ ਹੋ ਗਿਆ ਆਰ ਵੈਕਸੀਨ ਦੇ ਦੋ ਹੀ ਡੋਜ਼ ਲਾਏ ਤੇ ਇਸ ਤੋਂ ਬਾਅਦ ਕਹਾ ਕਰੋਨਾ ਵੜ ਗਿਆ ਬਾਈ ਯੋ ਵੀ ਇੱਕ ਹੈਰਾਨੀ ਕਰਨ ਵਾਲੀ ਖਬਰ ਆ ਆਰ ਵੀਰ ਆਕਸੀਜਨ ਦੀ ਕਮੀ ਨੂੰ ਲੈ ਕੇ ਉੱਧ ਬਿਠਾ ਕਰ ਇਹਨੇ ਪੀਐਮ ਮੋਦੀ ਨੂੰ ਟੈਲੀਫੋਨ ਕਰਿਆ ਔਰ ਅੱਗੇ ਤੇ ਜਵਾਬ ਆਇਆ ਕਹਾ ਵੀਰ ਮੋਦੀ ਤੋ ਬੰਗਾਲਮਾ ਗਿਆ ਬਾ ਗੈਸ ਸਿਲੰਡਰ ਬਾਅਦ ਮ ਕਰੇਗੇ ਬਾਤ ਹਰ ਵੀਰ ਜੋ ਅੱਜ ਗਿਆ ਆਪਾਂ ਬੜੀਆਂ ਖਬਰਾਂ ਕੋ ਨਿਗਾ ਮਾਰਾਂਗੇ ਪਹਿਲਾ ਆਪਾਂ ਦੀਪ ਸਿੱਧੂ ਦੀ ਬਾਤ ਕਰਾਂ ਵੀਰ ਤੁਹਾਨੂੰ ਪਤਾ ਵੀ ਬੜੇ ਦਿਨਾਂ ਦਾ ਰੌਲਾ ਚੱਲ ਰਿਹਾ ਤਾਂ ਕਾ ਦੀਪ ਸਿੱਧੂ ਕਾ ਜਮਾਨਤ ਕਰਕੇ ਬਾਹਰ ਆਮੇਗੇ ਆਰ ਸਿਆਸਤ ਦੇ ਵਿੱਚ માં ਆਰ ਅੰਦੋਲਨ ਦੇ ਵਿੱਚ ਵਾ ਬੜੀ ਜਾਨ ਫੁੱਕੀ ਜਾਏਗੀ ਪਾਰ ਕੀ ਜੇ ਨਾ ਕੀਤਾ ਵੀਰ ਕੱਲ ਸਿਆਮ ਟਾਈਮ ਇੱਕ ਵਾਰ ਫੇਰ ਦੀਪ ਸਿੱਧੂ ਦੇ ਸਮਰਥਕਾਂ ਨੂੰ ਬੜਾ ਝਟਕਾ ਲੱਗਿਆ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਪਾ ਹਿੰਸਾ ਆ ਕੇ ਮਾਮਲੇ ਮਾ ਸ਼ਨੀਵਾਰ ਨੂੰ ਦੀਪ ਸਿੱਧੂ ਦੀ ਜ਼ਮਾਨਤ ਇਸ ਕੀ ਜ਼ਮਾਨਤ ਇਸ ਨੂੰ ਦੇ ਦਿੱਤੀ ਕੋਰਟ ਨੇ ਪਰ ਜਦ ਦੀਪ ਸਿੱਧੂ ਨੇ ਆਪਣੇ ਕੱਪੜੇ-ਕੁਪੜੇ ਇਕੱਠੇ ਕਰੇ ਬਸ ਲੱਗਿਆ ਆਣ ਬਾਹਰ ਨੂੰ ਬਸ ਜਦੇ ਪੁਲਿਸ ਵਾਲੇ ਫੇਰ ਫੜ ਲਿਆ ਕਾ ਵੀਰ ਯੋ ਤੇ ਇੱਕ ਮਾ ਹਿਆਲੇ ਅੱਗਾ ਹੋਰ ਮੌਕੇ ਇਸ ਪਏ ਤੇਰਾ ਅੱਛਾ ਕਾ ਕਿਆ ਚੱਕਰ ਹੋ ਗਿਆ ਬਿਰ ਫੇ ਦੀਪ ਸਿੱਧੂ ਨੂੰ ਬਿਰ ਇੱਕ ਹੋਰ ਕੇਸ ਵਿੱਚ ਚੱਕ ਲਿਆ ਅੰਦਰ ਪੁਲਿਸ ਵਾਲਿਆਂ ਨੇ ਯੋ ਕੇਸ ਮੈਂ ਤੁਹਾਨੂੰ ਦੱਸ ਦਾਂ ਵੀ ਭਾਰਤ ਪ੍ਰਾਤ ਪ੍ਰਾਤਵ ਤ ਬਕ ਬਕ ਬਾਪਾ ਆਗੋ ਹੋ ਬਾ ਕੋਈ ਬਿਰੇ ਤਰਾ ਮੈਂ ਐਸਆਈ ਮਾਦਲ ਉਹ ਜਿਹੜੇ ਪ੍ਰਾਣੇ ਕੀਲੇ ਕੁਲੇ ਜਿਉਂ ਮਾਂ ਜਿਹੜੇ ਪੁਰਾਣਾ ਸਮਾਨ ਇਹ ਰੱਖੀ ਰੁੱਖੀ ਜੀ ਕਰਾਂ ਜੋ ਬੰਦੇ ਵੀ ਲਾਲ ਕਿਲਾ ਵੀ ਇਨਕੇ ਅੰਦਰ ਆਵਾ ਆਰ ਇਨਕੀ ਸ਼ਿਕਾਇਤ ਤੇ ਜਾ ਕੇ ਦਿੱਲੀ ਲਾਲ ਕਿਲੇ ਵਾ ਚੜਿਆ ਤਾਂ ਨਾ ਸਿੱਧੂ ਜਿਆਦਾਕਰ ਵਾਲਾ ਪਿਆ ਵਾ ਵੀਰਾ ਦਿੱਲੀ ਪੁਲਿਸ ਗਈ ਅਪਰਾਧ ਸਾਖਾ ਮੈਂ ਉਹਨਾਂ ਨਾਲ ਜਾ ਕੇ ਦਾ ਕੇਸ ਦਰਜ ਕਰਾ ਤਿਆ ਵੀ ਇਹ ਲਾਲ ਕਿਲੇ ਵਾ ਚੜ ਗਿਆ ਲਾਲ ਕਿਲੇ ਵਾ ਚੜ ਗਿਆ ਪਰ ਪੁਲਸ ਆਲੇ ਨੇ ਫੇਰ ਚੱਕ ਲਿਆ ਵੀਰ ਆ ਲਾਲ ਕਿਲੇ ਦੇ ਵਿੱਚ ਮੈਂ ਹਿੰਸਾ ਗੇਲ ਜੁੜੇ ਪੁਰਾਣੇ ਕੇਸ ਮਾ 30000 ਰੁਪਏ ਕੋਟ ਨੇ ਯੋ ਸ਼ਨੀਵਾਰ ਨੂੰ ਜ਼ਮਾਨਤ ਦੇ ਦਿੱਤੀ ਜੀ ਕਾ ਇਹ ਵੀ ਕਰ ਲਿਓ ਵੀਰ ਸਾਮਾਨ ਇਕੱਠਾ ਇਹ ਛੱਡ ਦਿੰਗੇ ਆ ਲਾਲ ਕਿਲੇ ਦੇ ਹਿੰਸਾ ਮਾਮਲੇ ਵਿੱਚ ਆਇਓ ਕਾਇ ਮੁੱਖ ਦੋਸ਼ੀ ਬਣਾਇਆ ਵਾ ਦੀਪ ਸਿੱਧੂ ਅਦਾਲਤ ਤੇ ਰਾਤ ਮਿਲ ਕੇ ਦੀ ਸਜ਼ਾ ਜਾਰੀ ਕੋਰਟ ਕਹਿ ਰਿਆ ਵੀ 30000 ਰੁਪਏ ਦਾ ਨਿਜੀ ਮੁਚਾਲਕੇ ਪਾਇ ਇਸ ਨੂੰ ਜ਼ਮਾਨਤ ਦੇ ਦਿਓ ਔਰ ਅਦਾਲਤ ਨੇ ਯੋਦੀਪ ਸਿੱਧੂ ਜ਼ਮਾਨਤ ਪਿੱਛਾ ਇਹ ਸ਼ਰਤਾਂ ਵੀ ਰੱਖੀਆਂ ਦੀਆਂ ਸ਼ਰਤਾਂ ਤੋਂ ਨਹੀਂ ਪਤਾ ਲੱਗ ਕਿ ਕਿਆ ਰੱਖੀਆਂ ਤੇ ਫਿਰ ਪਰ ਜੋ ਬਾਤ ਹੈ ਵੀ ਸ਼ਰਤਾਂ ਰੱਖੀਆਂ ਸ਼ਰਤਿ ਉਹੀ ਰੱਖਣੇ ਵੀਰਾ ਪੂਰਾ ਪਰਾਂ ਨਹੀਂ ਜਾਣਾ ਕਿਸੇ ਪਾਸੇ ਨਹੀਂ ਆਣਾ ਇਹ ਤਰਬਦਾ ਵੀ ਫੇਰ ਸਰਕਾਰ ਮੋ ਹੋ ਜਾਣਾ ਛੋਕਰਾ ਕਰਮ ਹੋ ਜਾ ਫੇਰ ਇਹ ਕਿਹਨ ਉਥਾਨਾ ਜਾਈ ਥਨ ਜਾਈ ਚਲ ਖਾਲੀ ਹੋਣੀ ਵੀਰ ਹੋਰ ਕੀ ਬਾਕੀ ਤਰਬਦਾ ਗਾਇ ਕਰਮੀ ਆ ਗਈ ਫਿਰ ਜੇਲਮਾਂ ਕਰਮੀ ਬਹੁਤ ਹੋਗੀ ਤੁਹਾਨੂੰ ਪਤਾ ਅਗਾ ਬਹਿਣਾ ਉੱਠਣਾ ਬਹੁਤ ਔਖਾ ਹੋ ਜਾ ਜੇਲਮਾਂ ਤੋਂ ਵੀਰ ਤੁਹਾਨੂੰ ਪਤਾ ਹੀ ਆ ਜਿਹੜੇ ਜਾ ਕਾ ਇਹ ਤੋਂ ਪਤਾ ਆ ਰ ਇਹ ਕੋਈ 30000 ਰੁਪਏ ਕੋਟ ਇਸਨੇ ਆਪਣੇ ਹੁਕਮਾਂ ਮਖਿਆਦਾ ਵੀ ਦੀਪ ਸਿੱਧੂ ਜਾਂਚ ਕੇ ਵਿੱਚ ਆ ਦਿੱਲੀ ਪੁਲਿਸ ਕੀ ਮਦਦ ਕਰੇਗਾ ਗਵਾਮਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਆਪਣੇ ਫੋਨ ਨੂੰ 24 ਘੰਟੇ ਔਨ ਰੱਖੇਗਾ ਆਪਣੀ ਲੋਕੇਸ਼ਨ ਦੀ ਜਾਣਕਾਰੀ ਸਾਰਿਆਂ ਨੂੰ ਦਵੇ ਕਿ ਥਾ ਬੈਠਿਆ ਕਿਹੜੇ ਤੰਬੂਆਂ ਬੈਠਾ ਕਿਹੜੇ ਪਾਈਪਾਂ 'ਮ ਬੈਠਿਆ ਇਹ ਪਹਿਲਾਂ ਬੈ ਗਿਆ ਤਾਂ ਨਾ ਜਾ ਕਬੀਰ ਕਰਾ ਉਹਦਾ ਸੰਗਤਰਾ ਮਿਲਿਆ ਖਾਣ ਨੂੰ ਮਨ ਨੂੰ ਗਰੀਬ ਗਿਆ ਕਰਾਂ ਬੈਠਿਆ ਇਹ ਦੇਖੋ ਤੰਬੂ ਹੈਟਾ ਇਹ ਪਾਣੀ ਦੇ ਪਾਈਪ ਦੇ ਵਿਚমা ਟਾਈਮ ਕੱਟ ਰਿਆ ਇਹ ਬੁੱਲਸ ਵਾਲੇ ਕਹਿੰਦੇ ਦੱਸਿਓ ਮਾਨੂੰ ਕਿੱਥਾ ਬੈਠੇਗਾ ਜਾ ਆਰਦੀਪ ਸਿੰਘ ਜੀ ਮੰਤ ਪਟੀਸ਼ਨ ਦੇ ਪਹਿਲਾ ਦਿੱਲੀ ਗਏ ਤੇ 30 ਹਜ਼ਾਰੀ ਅਦਾਲਤ ਨੇ 12 ਅਪ੍ਰੈਲ ਨੂੰ ਆਪਣਾ ਫੈਸਲਾ ਸੁਰੱਖਿਤ ਕਰ ਲਿਆ ਦਾ ਕਾਇਬ ਦੱਸ ਸੰਗਾ ਕਬਾਸ ਫਿਰ ਵਹੀ ਕੰਮ ਹੋ ਗਿਆ ਚਲੋ ਦੇਖੋ ਫਿਰ ਮਤਲਬ ਇਹੋ ਕਹ ਲੋ ਹਾਲੇ ਇਤਨਾ ਸਖਾਲਾ ਛੁੜਦਾ ਨਹੀਂ ਵੀਰ ਜਿੰਨਾ ਲੱਗ ਰਿਹਾ ਵੀ ਛੁੜ ਜਾਏਗਾ ਆਰੂ ਤਾਂ ਠੇਕਾ ਮਲਾਜਬ ਸੰਘਰਸ਼ ਮੋਰਚਾ ਪੰਜਾਬ ਨਹਿ ਪੰਜਾਬਾਂ ਚਾਰ ਸਾਲ ਹੋ ਗਏ ਕਹਾ ਸਰਕਾਰ ਨੇ ਇਤਨੀਆਂ ਮਿੱਠੀਆਂ ਗੋਲੀਆਂ ਦੇ ਲੱਕੜ ਕੇ ਮੁੰਡੇ ਦੇ ਦੇਗਾ ਖੁਸ਼ ਕਰਤੇ ਸਾਰੇ ਠੇਕਾ ਭਗ ਮਲਾਜਮਾਂ ਨੂੰ ਮੁੰਡੇ ਦੇ ਦੇਗਾ ਖੁਸ਼ ਕਰੀਗਾ ਪੱਕਾ ਕਰੇਂ ਫਿਕਰ ਨਾ ਕਰੋ ਪੱਕਾ ਕਰੇਂ ਫਿਕਰ ਨਾ ਕਰੋ ਆ ਰਾਜਬ ਕਾਲਾ ਤੇ ਰਵਤੇਜਿੰਦਰ ਬਾਜਾ ਚੱਕ ਲਿਆ ਫਿਰ ਇਹਨਾਂ ਨੇ ਉਹਦਾ ਘੇਰ ਲਿਆ ਫਿਰ ਤੇ ਰਵਤੇਜਿੰਦਰ ਬਾਜਵਾ ਬਟਾਲੇ ਦੇ ਵਿੱਚ ਮਾ ਉਹਦਾ ਜਲ ਸਪਲਾਈ ਆਰ ਸੈਨੀਟਰੀ ਕੰਟਰੈਕਟ ਵਰਕਰ ਯੂਨੀਅਨ ਇਹੇ ਆਗੂ ਵਰਕਰ ਕਾਲੀ ਝੰਡਿਆਲੇ ਖੜ ਕੇ ਨਾਰੇ ਬਾਜੀ ਲਾ ਕੇ ਕਰਨ ਇਹ ਬਾਜਵੇਂ ਨੇ ਪਤਾ ਹੀ ਲਗਿਆ ਵੀ ਕਿਸਾਨ ਕੌਣ ਫਿਰ ਨੇੜੇ ਜਗਾ ਦੇਖਿਆਗਾ ਅੱਛਾ ਇਹ ਤਾਂ ਉਹ ਕਾ ਯੂਨੀਅਨ ਵਾਲੇ ਬੰਦੇ ਬਾਅਦ ਸੀਸੀ ਮੌਕੇ ਪਰ ਹੋ ਉਸ ਮਤਾ ਜਤਾਇਆ ਜਲ ਸਪਲਾਈ ਆਰ ਸੈਨੀਟ ਸੈਨੀਟੇਸ਼ਨ ਕੰਟਰੈਕਟ ਬਾਰਕਰ ਯੂਨੀਕ ਆਗੂ ਕਹ ਰਹੇ ਵੇ ਜਲ ਸਪਲਾਈ ਆਰ ਸੈਨੀਟੇਸ਼ਨ ਵਿਭਾਗ ਬਤੌਰ ਇਹ ਕਹ ਲੋ ਵੀ ਬਹੁਤ ਜ਼ਿਆਦਾ ਮੰਤ ਕੰਮ ਕਰਿਆ ਕਹਾ ਦੱਸਿਆ ਮੰਤ ਤਾਂ ਕਹਦੇਗਾ ਪੱਕਾ ਕਰ ਦਿੰਗੇ ਬਖ ਬਖ ਪੋਸਟਾਂ ਸੇਵਾਵਾਂ ਇਹ 3500 ਗਰੀਬ ਠੇਕਾ ਮਜ਼ਦਮ ਰੈਗੂਲਰ ਕਰਨ ਦੇ ਵਜ੍ਹਾ 50 ਸਰਕਾਰ ਨੇ ਮਾਰੂ ਫੈਸਲੇ ਲਏਗਾ ਜਿਸ ਦੇ ਵਿਚ ਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੁਨਿਆਦੀ ਸਹੂਲਤ ਪਬਲਿਕ ਅਧਾਰੇ ਮ ਜਲ ਸਪਲਾਈ ਮਹਿਕਮੇ ਨੂੰ ਖਤਮ ਕਰਨਾ ਪੰਚਾਇਤੀ ਕਾਰਨ ਨੀਜੀ ਕਰਨਾ ਨੀਤੀਆਂ ਲਾਗੂ ਕਰਨੇ ਇਹ ਤਾਂ ਕਾਹ ਵੀ ਰਾਜੇ ਨੇ ਤਾਂ ਬਹੁਤ ਗੱਲਾਂ ਕਹੀਆਂ ਤਾਂ ਨੌਕਰੀਆਂ ਦਾ ਬੇਰਜ਼ਗਾਰਾਂ ਨੂੰ ਠੇਕ ਕੇ ਬਪਰੇ ਠੇਕ ਕੇ ਪੱਕਾ ਕਰਨੇ ਵਾਅਦਾ ਕਰੇਗਾ 4 ਸਾਲ ਹੋ ਗਿਆ ਉਹੀ ਗਾ ਲੱਕੜ ਦੇ ਮੁੰਡੇ ਦੇ ਖੁਸ਼ ਕਰਤੇਗਾ ਮਿੱਠੀਆਂ ਗੋਲੀਆਂ ਦੇਈਗਾ ਇਸ ਨੂੰ ਪੱਕਾ ਨਹੀਂ ਕਰਿਆ ਇਹ ਪੰਜਾਬ ਸਾਰਾ ਕੋਰੋਨੇ ਗਿਆੜਵਾ ਕਿਸਾਨ ਮਜ਼ਦੂਰ ਮਲਾਜਮਾਂ ਕੇ ਵਿਰੋਧੀ ਫੈਸਲੇ ਦੀਆਂ ਲੋਕਾਂ ਨੂੰ ਰੋਟੀ ਖਾਣੀ ਔਖੀ ਕਰਤੀ ਲੋਕਾਂ ਨੇ ਤੋਂ ਮਲਾਜਮ ਕਰੇਗਾ ਪੰਜਾਬ ਸਰਕਾਰ ਨੇ ਕੱਚੇ ਮਲਾਜਮਾਂ ਨੂੰ ਪੱਕੇ ਨਹੀਂ ਕਰਦੇਗਾ ਇਸੇ ਤਰ੍ਹਾਂ ਸੰਘਰਸ਼ ਚੱਲਦਾ ਰਹੇਗਾ ਕਾਲੀ ਚੰਡੀ ਰਾਜੇ ਨੂੰ ਤਾਂ ਕਾ ਮੁਸਕਰੋਗੇ ਬੋਟਾ ਆ ਗਿਆ ਨਾ ਵੀਰੇ ਤਾਂ ਕਰਨੇ ਪਵਗੇ ਥੋੜੇ ਬੋ ਤਾਂ ਕਰਨੇ ਪਵਗੇ ਇਹ ਜਿਹੜੇ ਨਾਲਾ ਜਿਆਦਾ ਪਾਹੇਗੇ ਇਹਨੂੰ ਕਰ ਦੇਗੇ ਬਾਕੀ ਜਿਹੜੇ ਢਿੱਲੇ ਮੱਠੇ ਵਿਚਾਰੇ ਇਹਨੂੰ ਛੱਡ ਦੇਗੇ ਹੋਰੀ ਉਹੀ ਹੋਏਗਾ ਹੋਏਗਾ ਜਰੂਰ ਬਿਲਕੁਸਰ ਨਾ ਕੁਸੀ ਇਹੋ ਬਾਤ ਪੱਕੀ ਇਹ ਬੋਟਾ ਲੈਣੀ ਆ ਵੀ ਰਗਾ ਤੁਹਾਨੂੰ ਪਤਾ ਵੀ ਉਹ ਤਪਕਾ ਜਿਆਦਾ ਵੋਟ ਪਾਵਾ ਫਿਰ ਤੁਹਾਨੂੰ ਪਤਾ ਵੀ ਔਖਾ ਹੋ ਜਾਏਗਾ ਰਾਜੇ ਵਾਸਤਾ ਪਾਣੀ ਪਵੇ ਬੋਟਾ ਆਰ ਉੱਤਰ ਨਵਜੋਤ ਸਿੱਧੂ ਘਰ ਵਾਲੀ ਨੇ ਕੱਲ ਇੱਕ ਹੋਰ ਬਿਆਨ ਦੇ ਤਿਆ ਜੋ ਗੱਰੀ ਡੋਡੇ ਬੀਜੋ ਪੰਜਾਬਾ ਪਟਿਆਲੇ ਦੇ ਵਿੱਚ ਇੱਕ ਸਨੌਰ ਹਲਕੇ ਪਹੁੰਚੀ ਜੁੱਥਾ ਪੰਜਾਬ ਮੈਂ ਕਹਾ ਫੀਮ ਦੀ ਖੇਤੀ ਸ਼ੁਰੂ ਕਰਾਂਗਾ ਇਹ ਸਰਕਾਰੀ ਕੰਟਰੋਲ ਮੇਂ ਹੋਣੀ ਚਾਹੀਦੀ ਕਾ ਫੀਮ ਦੀ ਖੇਤੀ ਆ ਤਾ ਖੇਤਾਂ ਮਾ ਪੰਜਾਬ ਸਰਕਾਰ ਨੇ ਕਾ ਰੋਕ ਲਾਈ ਵੀ ਕਾ ਕਿਉਂਕਿ ਸਿੰਥੈਟਿਕ ਡਰਗਨ ਖਾਫੇ بگਣੀ ਨਹੀਂ ਇਹ ਤਾਂ ਮਾਲ ਖਾਲੇ ਕਰੇ ਕੱਚਾ ਇਹ ਤਾਂ ਕਾਲਾ ਮਾਲ ਖਾਣ ਲਾ ਜੇ ਲੋਕ ਫਿਰ ਨਸ਼ਾ ਆ ਗਿਆ ਉਹ ਤਾਂ ਸੰਤੈਟਿਕ ਡਰੱਗ ਨਹੀਂ बिकਣਾ ਇਹਨਾਂ ਖਾਵੇ ਤਾਂ ਕਾਰੋਬਾਰ ਠੰਪ ਜੇਗਾ ਈਸੀ ਕਰਕੇ ਨਿਗਾਹ ਲਗਣ ਦੰਦੇਗਾ ਡੋਡੇ ਆਰ ਵੀਰ ਯੋ ਕਹਰੀ ਵੀਰ ਪੰਜਾਬ ਮਾ 10 ਬੰਦਿਆਂ ਵਾਂ ਤੇ 7 ਬੰਦੇ ਡਿਪਰੈਸ਼ਨ ਕੇ ਸਕਾਰ ਸਿੰਥੈਟਿਕ ਡਰੱਗ ਕਾ ਕਥੰਦਾ ਚਲਾਣ ਵਾ ਤਾਂ ਫੀਮ ਕੀ ਖੇਤੀ ਹੋਈ ਯੋ ਬੰਦ ਕਰਤੀਗਾ ਡੋਡੇ ਲੋਕਾਂ ਨੂੰ ਖੰਡ ਮਿਲਦੇ ਫਿਰ ਗੋਲੀਆਂ ਟੀਕੇ ਵਾ ਚੱਲ ਰਹੇ ਕੰਮ ਡਰਗ ਟਿਕਾ ਲਾਗਾ ਕਾ ਜਿਆਦਾ ਜਾਣ ਕਾ ਇਹ ਆਪ ਖਤਰਾ ਹੋ ਜਾਗਾ ਇਹ ਗਲਤ ਕੰਮ ਕਰਿਆ ਵਾ ਜਿਹੜਾ ਇਹਨਾਂ ਨੇ ਆਰ ਬੀਬੀ ਕਹੇ ਰੀ ਕਹਾ ਵੀ ਮੈਂ ਨਸਿਆਂ ਨੂੰ ਪ੍ਰੋਮੋਟ ਨਹੀਂ ਕਰਦੇ ਆਪਣੇ ਅੱਖਾਂ ਮਾਰਾ ਕਾਲੂ ਕਹਦੇ ਬੀਬੀ ਤੋਂ ਕਹਾ ਡੋਡੇ ਵਿੱਚੋ ਇਹ ਵੀ ਡਾਕਟਰ ਤਰਨਬੀਰ ਗਾਂਧੀ ਵੀ ਕਹ ਰਿਆ ਤਾਂ ਕਹਾ ਡੋਡੇ ਲਾਓ ਡੋਡੇ ਲਾਓ ਪਹਿਲਾਂ ਵੋਟਾਂ ਵੀ ਡੋਡੇਂਗਾ ਨਾ ਪਾ ਲੜੀਆਂ ਦੀਆਂ ਬਾ ਬਣੀ ਨਹੀਂ ਬਾਤ ਫਿਰ ਆ ਸਰਕਾਰੀ ਕੰਟਰੋਲ ਨੂੰ ਫੀਮ ਮਿਲੇਗਾ ਹਾ ਵੀ ਉਥਾ ਸਿੰਥੈਟਿਕ ਡਰਗ ਦੇ ਟੀਕੇ ਨਹੀਂ ਲੱਗਣਗੇ ਕਾ ਫਿਰ ਕੋਈ ਮਰੇਗਾ ਨਹੀਂ ਕੈਨੇਡਾ ਅਮਰੀਕਾ ਭਾਰਤ ਤੇ ਕਹਾ ਫੀ ਮੰਗ ਰਿਆ ਪੰਜਾਬ ਮਾ ਕਾ ਕਿਸਾਨ ਲੱਖਪਤੀ ਹੋ ਸਕਾਂ ਜੇ ਕਾ ਪੀਮ ਦੀ ਫਸਲ ਉਰਾ ਲਗਣੀ ਸ਼ੁਰੂ ਹੋ ਜੇ ਬਾਕੀ ਸੂਬਿਆਂ ਦਾ ਕਾ ਫੀ ਮੁੱਗਾ ਪੰਜਾਬ ਨਾ ਹੀ ਪਤਾ ਨਹੀਂ ਕਿ ਆ ਉਥਾ ਜੀ ਕੋੜ ਸੋਲਵਾ ਪੈ ਜਾ ਕ ਹਲਾਂਦੇ ਨਹੀਂ ਫਿਰ ਇਹ ਪੰਜਾਬ ਮਾ ਕਾ ਫੀ ਮਲਾਓ ਫਿਰ ਕਿਸਾਨ ਕਾ ਗੱਲ ਕਰੇ ਨਵਜੋਸ਼ ਸਿੱਧੂ ਕਾਰੀ ਬੀਬੀ ਆ ਵੀ ਕਾਲੇ ਗੁੰਨ ਖਤਮ ਕਰਨੇ ਚਾਹੀਦੇ ਕਾ ਕਿਸਾਨਾਂ ਆ ਵੀ ਗਲਤ ਕਰ ਰਹੇ ਕਾ ਲੱਖਪਤੀ ਲੱਖਪਤੀ ਹੋ ਰਹੇ ਗਰੀਬ ਵਿਚਾਰਾ ਗਰੀਬ ਹੁੰਦਾ ਜਾ ਰਹਾ ਹਾਂ ਮੇਰੇ ਕੋਲ ਉਹੀ ਇਲਾਜ ਵੀ ਕਿਸਾਨਾਂ ਬਾ ਜਾ ਕੇ ਗੱਲਬਾਤ ਕਰਾਂਗੇ ਵੀ ਉਹਨਾਂ ਨੇ ਜਾਗਾ ਤੇ ਪੁੱਛੇ ਪ੍ਰੋਬਲਮ ਕੀ ਆ ਪਰ ਜੋ ਫੀਮ ਕੀ ਖੇਤੀ ਸ਼ੁਰੂ ਹੋ ਜਾਏਗਾ ਬਸ ਫਿਰ ਤਾਂ ਸੂਤ ਆ ਜਾਏਗਾ ਸਾਰਾ ਬੀਬੀ ਗਾਰਿਕ ਆ ਵੀ 28 April 2021 ਨੂੰ NRI ਗਲ ਕਾਨਫਰੈਂਸ ਕਰਨੀ ਮਨ ਹੈ ਔਰ ਮਨ ਨੂੰ ਪੰਜਾਬ ਕੇ ਕਿਸਾਨਾਂ ਨੂੰ ਕਹ ਨਰਕ ਤੇ ਕੱਢਣ ਵਾਸਤਾ 5 ਦੇਉਪਤੀ ਚਾਹੀਏਗਾ 200 ਦੇਉਪਤੀ ਚਾਹੀਦੇਗਾ ਮੈਨੂੰ 5 ਨਹੀਂ ਚਾਹੀਦੇਗਾ ਦਿਓ ਬੀਬੀ Sidhu ਪਰਿਵਾਰ ਪੰਜਾਬ ਵਾਸਤਾ ਹਮੇਸ਼ਾ ਕਹ ਮੈਨੂੰ ਕੁਰਸੀ ਮਿਲੀ ਨਹੀਂ ਕਹਾ ਪਰ ਮੈਂ ਕੁਰਸੀ ਛੱਡੀ ਆਰ ਕੁਰਸੀ ਕੀ ਤਾਕਤ ਚਾਹੀਦੀ ਕਾ ਪੰਜਾਬ ਕੇ ਚੋਂ ਸੇਵਾ ਕਰਨ ਵਾਸਤੇ ਕਾ ਮੋਦੀ ਐਗਰੀਕਲਚਰ ਯੂਨੀਵਰਸਿਟੀਆਂ ਚਾਹੀਦੀਆਂ ਕਾ ਵੰਟਰਨੈਟਰੀ ਕਾ ਯੂਨੀਵਰਸਿਟੀਆਂ ਹੋਣੀਆਂ ਚਾਹੀਦੀਆਂ ਦੇਸੀ گاਵਾ ਲਜਾਣਾ ਉਥਾਬਿਓ ਕੰਮਕਾਰ ਹੋਇਆ ਬਸ ਯੋ ਕਾ ਵੀ ਕਾਰੋਬਾਰ ਕਾ ਵਧਾਣੇ ਵਾਲਾ ਕੰਮ ਕਰੇਗੇ ਮੈਨੂੰ ਲੱਗ ਰਿਹਾ ਵੀਰੇ ਕੋਸੀ ਪਾਰਟੀ ਮਂ ਜਾਮੇਗੇ ਆਰ ਉਧਰ ਵੀਰੇ ਲੋਕ ਮੋਦੀ ਤੋਂ ਕਹ ਰਿਹਾ ਕਾ ਭਈਓ ਬਹਿਨੋ ਟੀਕਾ ਲਵਾਓ ਟੀਕਾ ਲਵਾਓ ਯੋ ਲੈ ਚੰਟੀਗੜ੍ਹ ਮਾ ਜੋ ਡੀਜੀਪੀ ਨੇ ਟੀਕਾ ਲਵਾਇਆ ਇੱਕ ਲਵਾਇਆ ਹੇਰ ਦੁਆਲਵਾ ਆਇਆ ਇਹ ਦੂਏ ਟੀਕੇ ਨੇ ਚੰਦ ਚੜਾਤਾ ਫਿਰ ਇਹ ਚੰਦ ਕਿਆ ਛੜਿਆ ਪੰਜਾਬ ਮਾਣੀ ਉਹ ਕਰੋਨਾ ਵਾਇਰਸ ਹੋ ਗਿਆ ਵੀਰਿਸ ਨੂੰ ਇਹ ਚੰਡੀਗੜ੍ਹ ਦਾ ਡੀਜੀਪੀ ਸੰਜੇ ਬੈਣੀਵਾਲ ਇਸ ਰੋ ਕਰੋਨੇ ਦਾ ਟੀਕਾ ਲਵਾਇਆ ਪੋਜ਼ਿਟਿਵ ਆ ਗਿਆ ਸ਼ੁਕਰਾਨ ਕਰੋਨਰ ਪੋਰਟ ਪੁਆਇੰਟ ਵੰਦੇ ਬਾਅਦ ਖੁਦ ਆਈਸੋਲੇਟ ਕਰ ਲਿਆ ਆਪਣੇ ਆਪ ਨੂੰ ਇਹ ਕਾ ਵੀ ਇਹ ਮਤਲਬ ਇਹ ਚੌਕਸੀ ਵਾਰਤਣੀ ਸ਼ੁਰੂ ਘਾਤੀ ਨਾਲ ਹੀ ਤੁਹਾਨੂੰ ਇਹ ਪਰਿਵਾਰ ਨੇ ਜੋ ਮੈਂਬਰਾਂ ਨੇ ਕਰੋਨਾ ਰਿਪੋਰਟਾਂ ਨੈਗੇਟਿਵ ਆਈਆਂ 2 ਮਹੀਨੇ ਪਹਿਲਾਂ ਫਰੰਟ ਲਾਈਨ ਵਾਰੀਅਰਸ ਮਾ ਚੰਡੀਗੜ੍ਹ ਕਾ ਟੀਕਾ ਲਵਾਉਣੇ ਕੰਮ ਸ਼ੁਰੂ ਕਰਦਾ ਸੰਜੇ ਬੈਣੀ ਵਾਲੇ ਪੁਰਸ਼ਭਾਗ ਮਾ ਪਹਿਲਾ ਟੀਕਾ ਲਵਾਇਆ ਇਸ ਤੋਂ ਬਾਅਦ ਦੂਈ ਖਰਾਕ ਲਈ ਇਸਤੇ ਬਾਵਜੂਦ ਵੀ ਕੋਰੋਨਾ ਰਿਪੋਰਟ ਪਾਰਟੀ ਆਈ ਇਵ ਦੂਸਰੇ ਪਾਸੇ ਕੋਰੋਨਾ ਵਧਣ ਕਾਰਨ ਚੰਡੀਗੜ੍ਹ ਮਾ ਜੋ ਕਰਫਿਊ ਲਾਤਾ ਇਹ ਕਲ ਫੂ ਲਾਦਾ ਵੀ ਰੁਥਾ ਬੀਕੰਡ ਕਰਫਿਊ ਹੋ ਗਿਆ ਵੀ ਰੁਥਾ ਕਾ ਵੀ ਲੋਕਡਾਊਨ ਆਤਾ ਸ਼ਨੀਵਾਰ ਐਤਵਾਰ ਬੰਦ ਪਰ ਚੰਡੀਗੜ੍ਹ ਪ੍ਰਸ਼ਾਸਨ ਬੀਬੀ ਬਦਨੌਰ ਗਾਇਲ ਮੀਟਿੰਗ ਕਰ ਕਾਇ ਰਾਜਪਾਲ ਗਾਇਲ ਰਾਜਪਾਲ ਕਹ ਰਿਹਾ ਕਰੋ ਬੰਦ ਫਿਰ ਆਰਥਾ ਪੁਲਿਸ ਦੇ ਵਾ ਕੇ ਆਕੜਿਆਂ ਮਾ ਇਹ ਵੀ ਪਿਛਲੇ ਦਿਨਾਂ ਕੁੱਲ 260 ਪੁਲਸ ਵਾਲੇ ਜਿਨ੍ਹਾਂ ਦੇ 25 ਯੋ ਕਰੋਨਾ ਪਾਰਟੀ ਵਾ 25 ਬੰਦੇ 253 ਪੁਲਸ ਵਾਲੇ ਤੱਕ ਪੂਰੀ ਤਰ੍ਹਾਂ ਠੀਕ ਹੋ ਗਏਗਾ ਹਾ ਸੱਤ ਕਾ ਹਲੇ ਵੀ ਕੁਆਰੰਟਾਈਨ ਪਾਇਵੇ ਪਰ ਯੋ ਵੀ ਕਹਿ ਲੋ ਟੈਨਸ਼ਨ ਇਸ ਬਾਦ ਕੀ ਹੋਗੀ ਵੀ ਯੋ ਤਾਂ ਟੀਕਾ ਲਵਾ ਕੇ ਆਇਆ ਟੀਕੇ ਲਵਾਣ ਦੇ ਬਾਅਦ ਵੀ ਹੋ ਰਿਹਾ ਵੀਰ ਅਰ ਮੋਦੀ ਸਾਹਿਬ ਕਰੇ ਮਨ ਪੂਰੀ ਦੁਨੀਆ ਮੈਂ ਕਾਇਓ ਟੀਕਾ ਸਪਲਾਈ ਕਰਤੇ ਆ ਲੋਕ ਖੁਸ਼ ਬੜੇਗਾ ਮਾਰੇ ਫਿਰ ਬੰਦੇ ਟੀਕਾ ਲਾਇ ਦੇਗਾ ਕਰੋਨਾ ਹੋ ਰਿਹਾ ਇਹ ਸਮਝ ਮਾਰੀ ਆਈ ਆਰ ਉਧਰ ਉਧਵ ਢਾਗ ਰਹੀ ਸੁਣ ਲਿਓ ਉਧਵ ਢਾਗ ਰਹੇ ਟੈਲੀਫੋਨ ਕਰਿਆ ਕਾ ਮੋਦੀ ਨੂੰ ਆਰ ਕਹਿ ਰਹੇ ਵੀਰ ਸ਼ਨੀਵਾਰ ਟੈਲੀਫੋਨ ਕਰਿਆ ਲਗਾ ਵੀਰ ਗੈਸ ਖਤਮ ਹੋ ਗਈ ਉਹ ਨਾ ਆਕਸੀਜਨ ਮੁੱਕ ਗਈ ਆ ਮਾਰੇ ਤਾਂ ਸਿਲੰਡਰ ਖਤਮ ਹੋ ਗਏ ਆਰ ਜੇ ਟੈਲੀਫੋਨ ਕਰਿਆ ਉੱਥਾ ਪ੍ਰਧਾਨ ਮੰਤਰੀ ਮੋਦੀ ਦੇ ਦਫ਼ਤਰ ਮਾ ਵਾ ਕਰੇ ਮੋਦੀ ਤੋਂ ਗਿਆ ਫਿਰ ਬੰਗਾਲ ਇਹ ਜਦਾ ਆਵੇਗਾ ਬਾਪਸਾ ਦਾ ਫੇਸ ਸਿਲੰਡਰੇ ਬਾਤ ਹੋਵੇਗੀ ਯੂਥਾ ਕਟ ਗਿਣਤੀ ਮਾਮਲਿਆਂ ਦਾ ਮੰਤਰੀ ਨਬਾਮ ਮਲਕ ਇਹ ਮਲਕ ਨੇ ਕਿਹਾ ਕਾ ਵੀ ਮੁੱਖ ਮੰਤਰੀ ਆਕਸੀਜਨ ਦੀ ਕਮੀ ਦਾ ਇਹ ਜਿਹੜੇ ਹੋਰ ਦੋ ਤਿੰਨ ਸਿਲੰਡਰ ਨਾ ਅੰਗਰੇਜ਼ੀ ਕੇ ਦੱਸੇ ਹਮਨ ਨਗਾ ਇਹੋ ਤੋਂ ਕੋਸ਼ਿਸ਼ ਕਰ ਰਹੇ ਖਾਤਮ ਹੋ ਗਈ ਜੀ ਕਾ ਹਿਸਕਾ ਕਰੋ ਹਾਲਾ ਔਰ ਪ੍ਰਧਾਨ ਮੰਤਰੀ ਕੇ ਬੰਗਾਲ ਦੌਰੇ ਮੈਂ ਗਏ ਵੇ ਕਾ ਮਲਕ ਕਹ ਰਿਹਾ ਪ੍ਰਧਾਨ ਮੰਤਰੀ ਮੋਦੀ ਕਾ ਚੋਣਾ ਲੱਗਿਆ ਵਾ ਉਰੇ ਬੰਦੇ ਮਾਰ ਰਗਾ ਫਿਕਰੇ ਐ ਇਹਨ ਦੱਸ ਉੱਠਾ ਬੰਦੇ ਇਕੱਠੇ ਕਰ ਕੇ ਸਿਆਮ ਨੂੰ 8 ਵਜੇ ਟੈਲੀਵਿਜ਼ਨ 'ਤੇ ਬਹਿਹੜ ਜਾ। ਭਾਈਓ ਬਹਿਣੋਆਂ ਦਾ ਸੋਸ਼ਲ ਡਿਸਟੈਂਸਿੰਗ ਰੱਖੋ। ਅਰ ਉੱਥਾ ਲੋਕਾਂ ਨੂੰ ਕਹ ਰਿਹਾ ਥਾਰਾ ਬਹੁਤ ਧੰਨਵਾਦ ਹਾਂ ਮੈਂ ਇਤਨੀ ਭੀੜ ਕਰਕੇ ਆਇਆ ਲੱਗਸ। ਸਮਝਬਾ ਨਹੀਂ ਆਂਦੀ ਵੀਰਾ ਮਾਰੇ ਪੰਜਾਬ ਦਾ ਮਾਰੇ ਇੰਡੀਆ ਦਾ। ਇਹ ਵੀ ਕਲਰ ਅੱਬੇ ਰੱਖਾ ਵੀਰਾ ਦੱਸੋ। ਇਹੋ ਵੀਰੇ ਪ੍ਰਧਾਨ ਮੰਤਰੀ ਜਿਹੜਾ ਆਇਓ ਪੀਐਮਓ ਮਾਲਕ ਕੇ ਦੋਸ਼ਾ ਖੰਡਨ ਕਰਿਆ ਪੀਐਮਓ ਕਹ ਰਿਹਾ ਮਾਨਣਾ ਕੋਈ ਐਸੀ ਬਾਤ ਨਹੀਂ ਕਰੀ ਹਾਂ। ਉਹ ਹੀ ਮਾਰੀ ਜਾਗਾ। कोविड के मामले में का ऑक्सीजन की सप्लाई की स्थिति की समीक्षा करी कहां भी केंद्र सरकार ने सूबें के लगातार संपर्क कर रखा ओ उही गल्ला बनाए जांगा गलड़ी बात नहीं कोई यो काय लो फिर कलेस खड़ा होगा सिलेंडर मुग गए देखो क्या बना लाडा डिस्कवरी प्रोग्राम के बीच में आपा ले छोड़ी ब्रेक ब्रेक के बाद लगातार कंटिन्यू खबर तेरी थारे गल चलेंगे आप पर इससे पहला आपा एक माड़ी जी ब्रेक मार ले